ਤੁਸੀਂ ਦੇਖ ਰਹੇ ਹੋ ਜੀ ਰੇਡੀਓ ਦਿਖਤਾ ਹੈ ਤੇ ਮੈਂ ਆਰ ਜੇ ਜੱਸੀ 94.3 ਮਾਈ ਐਫ ਐਮ ਦੇ ਵੱਲੋਂ ਕਹਿੰਦੇ ਕਿ ਤੁਸੀਂ ਆਏ ਹੋ ਹਵਾ ਬਣ ਕੇ, ਤੁਸੀਂ ਆਏ ਹੋ ਹਵਾ ਬਣ ਕੇ, ਰੱਬ ਕਰੇ ਜ਼ਿੰਦਗੀ ਨੂੰ ਤੁਸੀਂ ਲੱਗ ਜੋ ਦੁਆ ਬਣ ਕੇ। ਇਹ ਸ਼ਬਦ ਇੱਕ ਖਾਸ ਸ਼ਖਸ ਦੇ ਲਈ ਨੇ ਜਿਹਨੇ ਅੱਜ ਸ਼ਿਰਕਤ ਕੀਤੀ ਹੈ ਮਾਈ ਐਫ ਐਮ ਦੇ ਵਿਹੜੇ, ਔਰ ਇੱਦਾਂ ਕਿ ਇਹ ਆਵਾਜ਼ ਨੇ ਹਰੇਕ ਨੂੰ ਨੱਚਣ ਤੇ ਮਜਬੂਰ ਕੀਤਾ, ਤੇ ਉਹ ਸ਼ਖਸ ਹੈਗਾ ਅਲਫਾਜ਼। ਭਾਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਭ ਤੋਂ ਪਹਿਲਾਂ 94.3 ਮਾਈ ਐਫ ਐਮ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਏਦਾਂ ਕਿ ਅਲਫਾਜ਼ ਬਾਈ ਜੀ, ਏਦਾਂ ਕਿ ਜਿਹੜਾ ਜਦੋਂ ਵੀ ਤੁਹਾਡਾ ਗਾਣਾ ਆਉਂਦਾ ਹਨਾ, ਉਸ ਤੋਂ ਬਾਅਦ ਫਿਰ ਵੇਟ ਰਹਿਣ ਲੱਗ ਜਾਂਦੀ ਹੈ ਕੁਝ ਟਾਈਮ ਬਾਅਦ ਕਿ ਅਲਫਾਜ਼ ਬਾਈ ਨੇ ਫੇਰ ਆਉਣਾ ਹੈ, ਨਵਾਂ ਗਾਣਾ ਆਉਣਾ ਹੈ, ਔਰ ਪਿਛਲੇ ਬਹੁਤ ਦਿਨਾਂ ਤੋਂ ਇੰਤਜ਼ਾਰ ਔਰ ਚਰਚਾ ਹੈਗੀ ਹੈ, ਇੱਕ ਨਵਾਂ ਗਾਣਾ ਲੈ ਕੇ ਆ ਰਿਹਾ। ਯੂਟਿਊਬ ਦੇ ਉੱਤੇ ਤੁਸੀਂ ਹਲਕਾ ਜਿਹਾ ਟੀਜ਼ਰ ਪਾਇਆ ਸੀਗਾ ਪੁੱਤ ਜੱਟਾਂ ਦੇ, ਲੇਕਿਨ ਉਹ ਗਾਣਾ ਕਹਿੰਦਾ ਕੀ ਹੈ ਤੇ ਅੱਜ ਫਿਰ ਨਜ਼ਾਰਾ ਉਹ ਮਾਈ ਐਫ ਐਮ ਤੇ, ਔਰ ਮਾਈ ਐਫ ਐਮ ਤੇ ਅੱਜ ਤੁਸੀਂ ਇਸ ਚੀਜ਼ ਨੂੰ ਰਿਵੀਲ ਕਰ ਹੀ ਦਿਓ। ਫਿਰ ਕੀ ਗਾਣਾ ਹੈ? ਗਾਣਾ ਜੀ ਕਾਕੇ ਸੁਣਾ ਦੀ, ਆਣ ਦਿਓ ਫਿਰ। ਬਹੁਤ ਹੀ ਵਧੀਆ। ਉਨੀ ਮੈਂ ਸਭ ਕੁਝ ਤੇਰੇ ਉਤੋਂ ਵਾਰਿਆ, ਹੋ ਇੱਕ ਪਲ ਵੀ ਤੂੰ ਸੋਚ ਨਾ ਵਿਚਾਰਿਆ। ਨੀ ਮੈਂ ਸਭ ਕੁਝ ਤੇਰੇ ਉਤੋਂ ਵਾਰਿਆ, ਇੱਕ ਪਲ ਵੀ ਤੂੰ ਸੋਚ ਨਾ ਵਿਚਾਰਿਆ। ਭੁੱਲ ਗਈ ਹੋਣੀ ਆ ਯਾਰਾਂ ਦੀ ਤੂੰ ਗੱਲ ਵੱਕੜੀ ਨੀ, ਆ ਕੇ ਉਹ ਗਹਿਰਾਂ ਦੀਆਂ ਬਾਹਾਂ ਚ ਫੇਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ ਨੀ, ਮੁੜੇ ਆ ਗਏ ਅੱਜ ਕਦੇ ਤੇਰੇ ਰਾਹਾਂ ਚ। ਫੇਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ ਨੀ, ਮੁੜੇ ਆ ਗਏ ਅੱਜ ਕਦੇ ਤੇਰੇ ਰਾਹਾਂ ਚ। ਉਹ ਕੱਲੇ ਆਇਆ ਸੀ ਨੀ ਫੋਨ ਤੇਰੇ ਯਾਰ ਦਾ, ਐਵੇਂ ਲੰਡੂ ਮੈਂ ਤੇ ਫੋਕਰੀ ਸੀ ਮਾਰਦਾ। ਕੱਲੇ ਆਇਆ ਸੀ ਨੀ ਫੋਨ ਤੇਰੇ ਯਾਰ ਦਾ, ਐਵੇਂ ਲੰਡੂ ਮੈਂ ਤੇ ਫੋਕਰੀ ਸੀ ਮਾਰਦਾ। ਉਹ ਜਾਣਦਾ ਮੈਂ ਉਹਨਾਂ ਸਾਲੇ ਵੱਡਿਆਂ ਨੇ ਛੇੜੀਆਂ ਨੂੰ ਖਾਣ ਨਾਗਣੀ ਜੋ ਪਾ ਕੇ ਚਾਹਾਂ ਚ। ਫੇਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ ਨੀ, ਮੁੜੇ ਆ ਗਏ ਅੱਜ ਕਦੇ ਤੇਰੇ ਰਾਹਾਂ ਚ। ਅਰੇ ਵਾਹ।